ਹਾਂਜੀ, ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ ਯੂਟਿਊਬ ਚੈਨਲ ਦੇ ਉੱਤੇ, ਅਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ 'ਤੇ ਜੁੜੇ ਉਹਨਾਂ ਦਾ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ। ਅੱਜ ਫਿਰ ਦੋਸਤੋ ਇੱਕ ਤੁਹਾਡੇ ਲਈ ਘੋੜੀ ਲਿਆਏ ਹਾਂ। ਜਿਹੜੇ ਭਰਾ ਕਹਿੰਦੇ ਜਮਾਂ ਥੋੜ੍ਹੇ ਪੈਸੇ ਲਾਉਣੇ ਆ ਨਾ, ਜਮਾਂ ਹੀ ਵੀ ਘੋੜੀ ਚਾਹੀਦੀ, ਸਵਾਰੀ ਦੀ ਪਾਸ ਹੋਵੇ, ਅੰਦਰ ਦੀ ਵੀ ਸਹੀ ਹੋਵੇ, ਮੂਹਰੇ ਬੱਚੇ ਵੀ ਸੋਹਣੇ ਦੇਵੇ, ਤਾਂ ਉਹਨਾਂ ਲਈ ਘੋੜੀ ਲਿਆਉਂਦੀ ਆ। ਰੇਟ ਵੀ ਦੱਸਾਂ ਜਮਾਂ ਜਾਇਜ਼ ਰੇਟ ਆ, ਹਜ਼ਾਰਾਂ 'ਚ ਹੀ ਆ। ਮੰਨ ਲਓ ਜਿਹੜੇ ਹਿਸਾਬ ਨਾਲ ਉਹ ਘੋੜੀ ਦੀ ਬਰੀਕੀ ਆ, ਕੰਨ ਕੰਡੀਸ਼ਨ ਆ, ਅਤੇ ਉਹ ਹਿਸਾਬ ਨਾਲ ਰੇਟ ਬਹੁਤ ਜਾਇਜ਼ ਆ। ਇੱਕ ਲੱਸੀ ਲੱਸੀ ਘੋੜੀ ਬੱਚਾ ਲਾ ਕੇ ਆਈ ਆ, ਅਤੇ ਉਹਦੇ ਨਾਲ ਜਾਨਵਰ ਝੂੰਡ ਨਾਲ ਹੀ ਲੱਸਾ ਹੋ ਜਾਂਦਾ, ਕਿਉਂਕਿ ਜਿੰਨਾ ਮਰਜ਼ੀ ਖੁਰਾਕ ਸਿੱਟੀ ਚੱਲੀ, ਜਦੋਂ ਬੱਚਾ ਪੰਜ ਮਿੰਟ ਬਾਅਦ ਦੁੱਧ ਹੀ ਚੁੰਘੀ ਜਾਂਦਾ, ਤਾਂ ਘੋੜੀ ਦਾ ਵੈਸੇ ਜਿੰਨੀ ਮਰਜ਼ੀ ਰਾਜ਼ੀ ਹੋਵੇ ਉਹ ਵੀ ਲੱਸੀ ਹੋ ਜਾਂਦੀ ਆ। ਅਤੇ ਬਾਕੀ ਆਪਣੇ ਕੋਲ ਆਈ ਨੂੰ ਤਾਂ ਦੇਣੀ ਥੋੜ੍ਹੇ ਹੋਏ ਆ, ਸੁਨੱਖੀ ਆ ਘੋੜੀ, ਗਰਦਨ ਗੁਰਦਨ ਦੀ ਲੰਮੀ ਆ। ਸਾਰੀ ਡਿਟੇਲ ਦਿੰਦੇ ਹਾਂ, ਜਿਹੜੇ ਭਰਾ ਨਵੇਂ ਆਏ ਉਹਨਾਂ ਨੂੰ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲਿਓ, ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ, ਤਾਂ ਜੋ ਸਾਡਾ ਵੀ ਹੌਸਲਾ ਵਧੇ ਨਾ, ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਜਲਦ ਤੋਂ ਜਲਦ ਆਪਣੇ ਚੈਨਲ 'ਤੇ ਲਿਆਏ, ਅਤੇ ਭਾਅ ਪੜਤੇ ਨਾਲ ਜਾਨਵਰ ਲਿਆਉਂਦੇ ਰਹੀਏ। ਅਤੇ ਆ ਜਾਓ ਕਰਦੇ ਹਾਂ ਆਪਾਂ ਸ਼ੁਰੂ ਘੋੜੀ ਦੀ ਡਿਟੇਲ ਬਾਰੇ, ਪੈਰਾਂ ਤੋਂ ਸ਼ੁਰੂ ਕਰਦੇ ਹਾਂ। ਸੰਭ ਸੁੰਭ ਤੁਸੀਂ ਦੇਖ ਹੀ ਲਿਆ ਕਿੰਨਾ ਮਜ਼ਬੂਤ ਆ, ਅਤੇ ਲੈਂਥ ਲੁੰਥ ਵੀ ਚੰਗੀ, ਇੱਕ ਲੱਸੀ ਲੱਸੀ ਆ ਘੋੜੀ, ਹੋਰ ਘੋੜੀ 'ਚ ਕੋਈ ਵੀ ਡਿਫਾਲਟ ਨਹੀਂ ਜਾਂ ਕੋਈ ਵੀ ਵੈਲ ਨਹੀਂ। ਵਾਲ ਭੌਰੀਆਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ, ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ, ਨੀਲੀ ਚੰਬੀ ਘੋੜੀ ਆ, ਨੁਕਰੇ ਬੱਚੇ ਦੇਣ ਵਾਲੀ ਆ। ਗਰਦਨ ਦੇਖੋ ਪਹਿਲਾਂ ਤਾਂ ਕਿੰਨੀ ਲੰਮੀ ਗਰਦਨ, ਜਮਾਂ ਕਰੈਕਟਰ ਤਾਂ ਸਾਰੀ ਮਾਰਵਾੜੀ ਨਾਲ, ਰੰਗ ਜ਼ਰੂਰ ਚੰਬਾ ਅਤੇ ਪਰ ਕਰੈਕਟਰ ਆਪਾਂ ਦੇਖੀਏ ਜਿਵੇਂ ਬਰੀਕੀ ਆ, ਨਹੀਂ ਤਾਂ ਸੀਤੀ ਮਾਰਵਾੜੀ 'ਚ ਵੀ ਨਹੀਂ ਆਉਂਦੀ। ਲੰਮੀ ਧੌਣ, ਅੱਧੀ ਅੱਧੀ ਕੁੰਡੀ ਮੁੜਦੀ ਆ ਕੰਨ ਦੀ, ਅਤੇ ਰੰਗ ਬਹੁਤ ਚੰਗਾ ਨੀਲਾ ਚੰਬਾ, ਬਾਕੀ ਲੈਂਥ ਲੁੰਥ ਬਹੁਤ ਚੰਗੀ ਆ, ਮਜ਼ਬੂਤੀ ਮਜ਼ਬਾਤੀ ਚੰਗੀ ਆ ਘੋੜੀ 'ਚ, ਕੰਨ ਕੰਡੀਸ਼ਨ ਦੀ ਚੰਗੀ ਆ, ਗਰਦਨ ਲੰਮੀ ਆ, ਲੈਂਥ ਚੰਗੀ ਆ। ਆਮ ਤੌਰ 'ਤੇ ਨਵੇਂ ਬੰਦੇ 'ਤੇ ਰੱਖਣ ਵਾਲੀ ਆ, ਨਵੇਂ ਬੰਦੇ ਕਿਉਂ ਰੱਖਣ ਵਾਲੀ, ਉਹ ਵੀ ਤੁਹਾਨੂੰ ਦੱਸਦੇ। ਇੱਕ ਤਾਂ ਸਾਊ ਠੰਡੀ ਹੈ ਜੀ, ਆਪਾਂ ਆਮ ਤੌਰ 'ਤੇ ਦੇਖਦੇ ਹਾਂ ਘਰਾਂ ਵਿੱਚ ਜ਼ਿਆਦਾਤਰ ਆਪਣੇ ਜੋ ਹੁੰਦੇ ਆ ਔਰਤਾਂ ਹੀ ਹੈ ਨਾ, ਖੋਲ ਬੰਨ ਲੈਂਦੀਆਂ ਹੁੰਦੀਆਂ, ਪੱਠ ਪੁੱਠ ਪਾ ਦਿੰਦੀਆਂ, ਉਹਨਾਂ ਦੇ ਰੱਖਣ ਵਾਲੀ ਸਾਊ ਠੰਡੀ ਹੈ। ਅਤੇ ਮੇਨ ਚੀਜ਼ ਜ਼ਿਆਦਾ ਸ਼ੌਂਕ ਆਪਣੇ ਅੱਜ ਕੱਲ੍ਹ ਜਵਾਕਾਂ ਨੂੰ ਹੁੰਦਾ, ਉਹਨਾਂ ਦੀ ਜੈਦ ਹੁੰਦੀ ਘੋੜੀ ਲੈਣੀ ਹੈ, ਤਾਂ ਜਿਹੜੇ ਮੈਨੂੰ ਫੋਨ ਆਉਂਦੇ ਮੈਂ ਉਹਨਾਂ ਦੇ ਅਨੁਸਾਰ ਦੱਸਦਾ ਵੀ ਬੱਚਿਆਂ ਵਾਲੀ ਘੋੜੀ ਆ, ਉੱਤੇ ਸਵਾਰੀ ਵੀ ਕਰਵਾਉਂਦੀ ਆ, ਮੂਹਰੇ ਹੁਣ 2 ਮਹੀਨੇ ਆਪਾਂ ਸਾਂਭ ਲਈਏ ਤਾਂ ਫਰਵਰੀ ਮਾਰਚ 'ਚ ਭਰਾਉਣ ਵਾਲੀ ਵੀ ਹੋ ਜੂ। ਝੂੰਡ ਕਰਕੇ ਲੱਸੀ ਆ, ਬੱਚਾ ਜਦੋਂ ਲਾਹ ਕੇ ਆਉਂਦੇ ਘੋੜੀ, ਭਾਰੀ ਤੋਂ ਭਾਰੀ ਘੋੜੀ ਵੀ ਲੱਸੀ ਹੋ ਜਾਂਦੀ ਸਾਰੀ ਦਿਹਾੜੀ, ਜਦੋਂ 5-5 ਮਿੰਟਾਂ ਬਾਅਦ ਬੱਚੇ ਨੇ ਦੁੱਧ ਹੀ ਚੁੰਘੀ ਜਾਣਾ ਨਾ, ਤਾਂ ਜਿੰਨੀ ਮਰਜ਼ੀ ਘੋੜੀ ਤਿਆਰ ਹੋਵੇ ਲੱਸੀ ਇੱਕ ਵਾਰ ਹੋ ਹੀ ਜਾਂਦੀ ਆ। ਬਾਕੀ ਚਾਰੂ ਚੂਰੂ ਫੁੱਲ ਆ ਜੀ, 1.5-2 ਮਹੀਨਿਆਂ 'ਚ ਹੀ ਘੋੜੀ ਨੇ ਤਿਆਰ ਹੋ ਜਾਣਾ। ਮੇਨ ਜਿਹੜੇ ਕਰੈਕਟਰ ਆ ਸਾਰੇ ਮਾਰਵਾੜੀ ਵਾਲੇ ਆ, ਲੰਮੀ ਗਰਦਨ, ਕੰਨ ਸੁਨੱਖਾ, ਲੈਂਥ ਲੁੰਥ ਸੋਹਣੀ, ਮੂਹਰੇ। ਹੁਣ ਆਪਾਂ ਜੇ ਬਰੀਡਿੰਗ ਕਰਾਈ ਤਾਂ ਬੱਚਾ ਵੀ ਟੌਪ ਦਾ ਦੂ, ਜਿਹੜਾ ਭਰਾ ਤਜਰਬੇ ਵਾਲੇ ਉਹਨਾਂ ਨੂੰ ਤਾਂ ਪਤਾ ਵੀ ਜਿਹੜੀਆਂ ਬੱਚੇ ਵਾਲੀ ਘੋੜੀ 'ਚ ਬਰੀਕੀਆਂ ਚਾਹੀਦੀਆਂ ਜਾਂ ਮਾਰਵਾੜੀ ਕਰੈਕਟਰ ਚਾਹੀਦੇ ਆ, ਉਹ ਸਾਰੇ ਇਹ 'ਚ ਆ। ਲੰਮੀ ਗਰਦਨ, ਸੁਨੱਖਾ, ਕੰਨ, ਲੈਂਥ ਲੁੰਥ ਦੀ ਚੰਗੀ ਆ, ਅਤੇ ਸਵਾਰੀ ਦੀ ਪਾਸ ਆ, ਜਵਾਕਾਂ ਨੂੰ ਸਵਾਰੀ ਵੀ ਕਰਾਊ, ਅਤੇ ਵਾਲ ਭੌਰੀਆਂ ਦੀ ਸਾਫ਼ ਆ ਜੀ, ਹੱਥਾਂ ਪੈਰਾਂ ਦੀ ਸਾਫ਼ ਆ, ਜਿਹੜੀ ਚੀਜ਼ ਆਪਣੀ ਦੱਸਣ ਵਾਲੀ। ਬਾਕੀ ਚਾਰੇ ਪਾਸੇ ਆਪਾਂ ਦਿਖਾਤੀ, ਮੋਟਾ ਮੋਟਾ ਤੁਹਾਨੂੰ ਆਈਡੀਆ ਆ ਗਿਆ। ਬਾਕੀ ਆਪਣੇ ਫਾਰਮ 'ਤੇ ਆ ਕੇ ਤੁਸੀਂ ਸਾਹਮਣੇ ਦੇਖ ਕੇ ਸੌਦਾ ਕਰ ਸਕਦੇ ਹਾਂ। ਰੇਟ ਆਪਾਂ ਲਾਸਟ 'ਚ ਵੀਡੀਓ 'ਚ ਦੱਸ ਹੀ ਦੇਣਾ, ਚੰਗੀ ਆ ਘੋੜੀ, ਭਾਅ ਪੜਤੇ ਲਈ ਇੰਨੇ ਰੇਟ ਵਿੱਚ ਅੱਜ ਕੱਲ੍ਹ ਬਾਈ ਨਹੀਂ ਮਿਲਦੀਆਂ ਘੋੜੀਆਂ, ਇਹ ਲੱਸੀ ਕਰਕੇ ਮਿਲੀ ਜਾਂਦੀ ਆ ਘੋੜੀ, ਪਰ ਬਰੀਕੀ ਬਹੁਤ ਆ। ਸਾਂਭੇ 'ਤੇ ਤਾਂ ਇਹਦਾ ਰੇਟ ਵੀ ਦੂਣਾ ਹੋਜੂ, 1000 'ਚ ਹੀ ਆ ਘੋੜੀ ਦਾ ਮੁੱਲ, ਅਤੇ ਨੰਬਰ ਕਰ ਲਿਓ ਨੋਟ, 9872-98-962, 9855-99-017, 'ਤੇ ਰੇਟ ਦੀ ਗੱਲ ਕਰੀਏ ਤਾਂ ਲੈਣ ਦੇ ਨਾਲ 70,000 ਇਸਦਾ ਰੇਟ ਆ।